ਜੋ ਸਾਡੇ ਲਈ ਅਸੰਭਵ ਹੁੰਦਾ ਹੈ ਉਹਨੂੰ ਸਾਡੇ ਬੱਚੇ ਸੰਭਵ ਕਰ ਬਖਾਉਂਦੇ ਹਨ ਬੱਚਿਆਂ ਲਈ ਅਸੰਭਵ ਨੂੰ ਸੰਭਵ ਬਣਾਉਣ ਦੀ ਹਿੰਮਤ ਬੀਜੋ ਜੇ ਬੱਚਿਆਂ ਦੀ ਆਲੋਚਨਾ ਹੀ ਕਰਦੇ ਰਹੋਗੇ ਉਹ ਸਾਰਾ ਜੀਵਨ ਹੋਰਾਂ ਨੂੰ ਭੰਡਣ ਵਿੱਚ ਹੀ ਲਾ ਦੇਣਗੇ ਜੇ ਉਹਨਾਂ ਦੀਆਂ ਸੁਭਾਵਿਕ ਭਾਵਨਾਵਾਂ ਦਾ ਵਿਰੋਧ ਕਰੋਗੇ ਉਹ ਹਿੰਸਕ ਤੇ ਲੜਾਕੇ ਹੋਰ ਨਿਭੜਨਗੇ ਜੇ ਉਹਨਾਂ ਨੂੰ ਡਰ ਪਾਉਗੇ ਉਹ ਹਰ ਚੀਜ਼ ਤੋਂ ਡਰਨਗੇ ਜੇ ਉਹਨਾਂ ਤੇ ਤਰਸ ਕਰੋਗੇ ਤੇ ਹਰ ਥਾਂ ਸਹਾਰਾ ਬਣੋਂਗੇ ਤਾਂ ਨਿੱਕੇ ਨਿੱਕੇ ਗੱਲਾਂ ਤੇ ਢੇਰੀ ਟਾ ਬੈਠਣਗੇ ਜੇ ਉਹਨਾਂ ਦਾ ਮੁਖੌਲ ਉਡਾਉਗੇ ਉਹ ਲੁਕਣ ਲੱਗ ਜਾਣਗੇ ਜੇ ਉਹਨਾਂ 'ਚ ਈਰਖਾ ਸਾੜਾ ਨਹੀਂ ਕੱਢੋਗੇ ਉਹ ਹੀਨ ਭਾਵਨਾ ਤੋਂ ਕਦੇ ਮੁਕਤ ਨਹੀਂ ਹੋਣਗੇ ਜੇ ਉਹਨਾਂ ਨੂੰ ਸ਼ਰਮਸਾਰ ਕਰਦੇ ਰਹੋਗੇ ਤਾਂ ਉਹਨਾਂ ਦਾ ਦ੍ਰਿਸ਼ਟੀਕੋਣ ਸੰਕੀਰਣ ਹੋ ਜਾਏਗਾ ਜੇ ਉਹਨਾਂ 'ਚ ਨੁਕਸੀ ਕਰਦੇ ਰਹੋਗੇ ਤਾਂ ਉਹ ਕੁਝ ਨਵਾਂ ਨਹੀਂ ਕਰਨਗੇ ਪਰ ਜੀਵਨ ਨਾਲ ਸਬਰ ਨਾਲ ਪੇਸ਼ आओਗੇ ਤੌ ਤੀਰਜਵਾਨ ਬਣ ਜਾਣਗੇ ਜੇ ਉਹਨਾਂ 'ਚ ਸਵੈ ਵਿਸ਼ਵਾਸ ਭਰੋਗੇ ਤੌ ਹਰ ਮੁਸ਼ਕਲ ਨੂੰ ਹੱਲ ਕਰ ਬਕਾਉਣਗੇ ਜੇ ਉਹਨਾਂ ਦੇ ਚੰਗੇ ਕੰਮਾਂ ਦੀ ਸਿਫਤ ਕਰੋਗੇ ਤੌ ਉਹਨਾਂ ਲਈ ਦੂਜਿਆਂ ਨੂੰ ਸਲਾਉਣ ਦੀ ਦਲੇਰੀ ਉਪਜੇਗੀ ਜੇ ਉਹਨਾਂ ਨੂੰ ਜਿਵੇਂ ਉਹ ਹਨ ਓਵੇਂ ਪ੍ਰਵਾਨ ਕਰੋਗੇ ਤੌ ਉਹਨਾਂ ਨੂੰ ਹਰ ਕਿਸੇ ਨਾਲ ਰਹਿਣ ਦੀ ਚਾਹ ਚ ਆ ਜਾਏਗੀ ਜੇ ਉਹਨਾਂ ਦੇ ਗੁਨਾ ਨਾਲ ਦੋਸ਼ਾਂ ਨੂੰ ਵੀ ਸਵੀਕਾਰ ਕਰੋਗੇ ਉਹ ਸਾਰੇ ਸੰਸਾਰ ਨੂੰ ਆਪਣਾ ਸਮਝਣਗੇ ਜੇ ਉਹਨਾਂ ਨੂੰ ਇਮਾਨਦਾਰੀ ਤੇ ਵਫਾਦਾਰੀ ਸਿਖਾਓਗੇ ਤਾਂ ਉਹ ਸੱਚ ਤੇ ਇਨਸਾਫ ਦੇ ਪਹਿਰੇਦਾਰ ਬਣ ਜਾਣਗੇ ਜੇ ਉਹਨਾਂ 'ਚ ਸੁਰੱਖਿਆ ਤੇ ਸੁਤੰਤਰਤਾ ਦੀ ਭਾਵਨਾ ਜਗਾਓਗੇ ਤਾਂ ਉਹਨਾਂ 'ਚ ਦੂਜਿਆਂ ਦਾ ਧਿਆਨ ਰੱਖਣ ਦੀ ਅਮੀਰੀ ਜਾਗੇਗੀ ਜੇ ਉਹਨਾਂ ਨੂੰ ਆਪਣੀ ਮਾਂ ਦੀਆਂ ਆਸਾਂ ਦੀ ਜਾਗ ਲਾਉਂਦੇ ਰਹੋਗੇ ਉਹ ਪਰਿਵਾਰ ਸਮਾਜ ਤੇ ਦੇਸ਼ ਲਈ ਮਹਿਮਾ ਕਮਾਉਣਗੇ ਜਿਵੇਂ ਠੀਕ ਲੱਗੇ ਉਵੇਂ ਕਰਨਾ ਪਰ ਸਿੱਟਿਆਂ ਨੂੰ ਧਿਆਨ ਚ ਰੱਖ ਕੇ ਕਰਨਾ ਧੰਨਵਾਦ